ਅਨਮੋਲ ਜੀ, ਤੁਹਾਡੇ ਵੱਲੋਂ ਅੱਜ ਮੋਗਾ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਆ ਜਿਹਦੇ ਵਿੱਚ ਵੱਖ ਵੱਖ ਜ਼ਿਲ੍ਹਿਆਂ ਤੋਂ ਲੋਕ ਆਏ ਆ, ਅਤੇ ਕੀ ਉਦੇਸ਼ ਆ? ਸਰ, ਉਹਦਾ ਉਦੇਸ਼ ਹੈ ਕਿ ਜਿਹੜੇ ਬੰਦੇ ਆ ਅਤੇ ਅੱਜ ਕੱਲ੍ਹ ਝੂਠੇ ਕੇਸਾਂ ਦੇ ਸ਼ਿਕਾਰ ਹੋ ਰਹੇ ਆ, ਕਈਆਂ 'ਤੇ 498 ਡਿਵੋਰਸ, DV, ਡੋਮੈਸਟਿਕ ਵਾਇਲੈਂਸ ਖਰਚਿਆਂ ਕਰਕੇ ਬਿਨਾਂ ਇਨਵੈਸਟੀਗੇਸ਼ਨ ਤੋਂ ਉਹਨਾਂ 'ਤੇ ਕੇਸ ਦਰਜ ਹੋ ਰਹੇ ਆ, ਜਿਹੜੇ ਸਫ਼ਰ ਕਰ ਰਹੇ ਆ। ਕਿਉਂਕਿ ਸਾਡੇ ਕੋਲ ਅਲੱਗ ਅਲੱਗ ਇਲਾਕਿਆਂ ਤੋਂ, ਅੱਜ ਅਸੀਂ ਮੋਗਾ 'ਚ ਮੀਟਿੰਗ ਰੱਖੀ, ਸਾਡੇ ਕੋਲ ਅੰਬਾਲਾ, ਦਿੱਲੀ, ਅੰਮ੍ਰਿਤਸਰ, ਬਟਾਲਾ, ਨਾਭਾ, ਅਲੱਗ ਅਲੱਗ ਸ਼ਹਿਰਾਂ ਤੋਂ ਲੋਕ ਇਸ ਕਰਕੇ ਆ ਰਹੇ ਕਿਉਂਕਿ ਇਹਨਾਂ ਕੋਲ ਕੋਈ ਕਾਨੂੰਨ ਹੀ ਨਹੀਂ ਹੈਗਾ। ਸਾਡੀ ਸਰਕਾਰ ਤੋਂ ਮੁੰਡਿਆਂ ਲਈ ਕੋਈ ਕਾਨੂੰਨ ਨਹੀਂ ਹੈ, ਦੇਸ਼ ਆਜ਼ਾਦ ਨੂੰ ਇੰਨੇ ਸਾਲ ਹੋ ਗਏ ਅੱਜ ਤੱਕ, ਲੇਕਿਨ ਮੁੰਡਿਆਂ ਲਈ ਕੋਈ ਕਾਨੂੰਨ ਨਹੀਂ ਆਇਆ। ਕਿਸੇ ਵੀ ਮੁੰਡੇ ਨੂੰ ਬਿਨਾਂ ਇਨਵੈਸਟੀਗੇਸ਼ਨ 'ਚ ਕੋਰਟ 'ਤੇ, ਪੁਲਿਸ ਥਾਣੇ 'ਤੇ ਚੱਕਰ ਲਾ ਕੇ ਹਰਾਸ ਕੀਤਾ ਜਾ ਰਿਹਾ, ਔਰ ਇੰਨੇ ਮੁੰਡੇ ਸੁਸਾਈਡ ਕਰ ਰਹੇ ਆ, ਸਰਕਾਰ ਦਾ ਉਹਦੇ ਵੱਲ ਕਿੱਥੇ ਵੀ ਧਿਆਨ ਨਹੀਂ ਹੈਗਾ। ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ? ਮੈਂ ਸਰਕਾਰਾਂ ਨੂੰ ਕਹਿਣਾ ਚਾਹੁੰਦਾ ਕਿ ਸਰਕਾਰ ਇਸ ਮੁੱਦੇ 'ਤੇ ਕੋਈ ਕਾਨੂੰਨ ਲੈ ਕੇ ਆਵੇ, ਇਸ ਮੁੱਦੇ ਨੂੰ ਸੁਣਿਆ ਜਾਵੇ। ਬਹੁਤ ਬੰਦੇ ਹੈਗੇ ਜਿਹੜੇ ਸਫ਼ਰ ਕਰ ਰਹੇ ਆ, ਕਈ ਮਾਵਾਂ ਦੇ ਪੁੱਤ ਸੁਸਾਈਡ ਕਰ ਰਹੇ ਆ, ਡਿਪਰੈਸ਼ਨ 'ਚ ਜਾ ਰਹੇ ਆ, ਬਟ ਸਰਕਾਰਾਂ ਨੂੰ ਰੋਟੀ, ਸਬਜ਼ੀ, ਸਿਲੰਡਰ ਇਹਨਾਂ ਤੋਂ ਹਟ ਕੇ ਇੱਕ ਮੁੰਡਿਆਂ ਲਈ ਕਾਨੂੰਨ ਲੈ ਕੇ ਆਉਣਾ ਚਾਹੀਦਾ। ਜਿੱਥੇ ਪਾਰਲੀਮੈਂਟ 'ਚ ਅੱਜ ਕੱਲ੍ਹ ਚਰਚਾ ਹੁੰਦੀ ਆ, ਰੋਡ ਦੇ ਮੁੱਦੇ ਚੱਕ ਲਏ, ਮਹਿੰਗਾਈ ਦਾ ਚੱਕ ਲਿਆ, ਬਾਹਰਲੇ ਦੇਸ਼ਾਂ ਦਾ ਚੱਕ ਲਿਆ, ਬਟ ਮੁੰਡਿਆਂ ਲਈ ਕਦੋਂ ਚੱਕਿਆ ਜਾਊਗਾ? ਅਸੀਂ ਕਿੱਥੇ ਵੀ ਜਾਂਦੇ ਹਾਂ, ਵੂਮੈਨ ਹੈਲਪਲਾਈਨ ਨੰਬਰ ਦਿੱਤੇ ਜਾਂਦੇ ਆ, ਬੱਸਾਂ 'ਚ ਸਫ਼ਰ ਕਰ ਰਹੇ ਹਾਂ, ਕਿੱਥੇ ਵੀ ਮੁੰਡਿਆਂ ਕੁੜੀਆਂ ਦੀ ਸੇਫਟੀ ਲਈ ਇਹ ਕਾਨੂੰਨ ਆ ਗਿਆ, ਕੁੜੀਆਂ ਦੀ ਸੇਫਟੀ ਲਈ ਇਹ ਹੈਲਪਲਾਈਨ ਆ, ਉਹਨਾਂ ਲਈ ਇਹ ਪੋਲਸੀ ਆ ਗਈ, ਬਟ ਕਿੱਥੇ ਆਪਾਂ ਬੰਦਿਆਂ ਦੇ ਹੱਕ ਲਈ ਕਿਤੇ ਨਹੀਂ ਸੁਣਾਈ ਦਿੰਦੇ। ਔਰ ਇਸ ਸੰਸਾਰ 'ਚ, ਇਸ ਦੁਨੀਆ 'ਚ ਬੰਦੇ ਦਾ ਬਹੁਤ ਅਹਿਮ ਰੋਲ ਆ, ਜੋ ਕਿ ਬੰਦਿਆਂ ਦੇ ਹੱਕ ਲਈ ਅਸੀਂ ਕਾਨੂੰਨ ਦੀ ਗੁਹਾਰ ਕਰਦੇ ਹਾਂ। ਅਨਮੋਲ ਜੀ, ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਮਿਸਹੈਪਨਿੰਗ ਹੁੰਦੀ ਹੈ, ਲੜਕੀ ਦੇ ਨਾਲ ਹੁੰਦੀ ਹੈ, ਲੜਕੇ ਨਾਲ ਹੁੰਦੀ ਹੈ, ਜਦੋਂ ਪਰਿਵਾਰ ਨਾਲ ਰਾਬਤਾ ਕੀਤਾ ਜਾਂਦਾ, ਪਰਿਵਾਰ ਇਸ ਗੱਲ ਨੂੰ ਲਗੋ ਦਿੰਦਾ, ਲੱਗਦਾ ਨਹੀਂ ਕਿਤੇ ਨਾ ਕਿਤੇ ਅਸੀਂ ਵੀ ਗੁਨਾਹਗਾਰ ਹਾਂ? ਭਾਈ, ਅਸੀਂ ਵੀ ਗੁਨਾਹਗਾਰ ਹਾਂ, ਬਟ ਉਹੀ ਚੀਜ਼ ਆ ਨਾ, ਬਿਨਾਂ ਇਨਵੈਸਟੀਗੇਸ਼ਨ 'ਚ, ਜੇ ਗੁਨਾਹਗਾਰ ਆ ਤਾਂ ਦੋਨੋਂ ਤਰਫ ਤੋਂ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਜਦੋਂ ਇਨਵੈਸਟੀਗੇਸ਼ਨ ਹੋ ਰਹੀ ਹੈ, ਜੇ ਮੁੰਡਾ ਉੱਥੇ ਗੁਨਾਹਗਾਰ ਆ, ਉਹਨੂੰ ਸਜ਼ਾ ਦੇ ਦਿਓ, ਜੇ ਕੁੜੀ ਆ ਉਹਨੂੰ ਦੇ ਦਿਓ, ਬਟ ਇੱਥੇ ਹੋ ਕੀ ਰਿਹਾ ਸਾਡੇ ਸਮਾਜ 'ਚ, ਇੱਕ ਕੁੜੀ ਦੀ ਐਪਲੀਕੇਸ਼ਨ 'ਤੇ ਬਿਨਾਂ ਇਨਵੈਸਟੀਗੇਸ਼ਨ ਤੋਂ ਕੇਸ ਦਰਜ ਹੋ ਜਾਂਦਾ, ਉਹਦੀ ਇਨਵੈਸਟੀਗੇਸ਼ਨ ਹੀ ਨਹੀਂ ਕੀਤੀ ਜਾ ਰਹੀ, ਔਰ ਕੋਰਟ ਕਚਹਿਰੀਆਂ 'ਚ ਉਹਨਾਂ ਦੇ ਮਾਂ ਪਿਓ ਸਫ਼ਰ ਕਰ ਰਹੇ ਆ, ਕਈ ਕੇਸ ਹੈਗੇ ਉਹਨਾਂ ਦੇ ਮਾਵਾਂ ਨੂੰ ਹਾਰਟ ਅਟੈਕ ਆ ਕੇ ਉਹਨਾਂ ਦੀ ਮੌਤ ਹੋ ਚੁੱਕੀ ਹੈ। ਕਿ ਸਰਕਾਰਾਂ ਇਹਨਾਂ ਦਾ ਕੋਈ ਉਹ ਦਊਗੀ, ਵਜੂਦ ਦਊਗੀ, ਕੁਛ ਦਊਗੀ? ਕੁਛ ਵੀ ਨਹੀਂ ਦਊਗੀ। ਸੋ ਇਨਵੈਸਟੀਗੇਸ਼ਨ ਜ਼ਰੂਰ ਕਰੋ ਇਹ ਚੀਜ਼ ਦੇ ਬਦਲੇ। ਲੱਗਦਾ ਇਸ ਤਰ੍ਹਾਂ ਜਿਵੇਂ ਸੈਮੀਨਾਰ ਕਰ ਰਹੇ ਹੋ, ਕੱਟ ਕੀਤਾ ਹੈਗਾ, ਇਹ ਤੁਹਾਡੀਆਂ ਮੰਗਾਂ ਦੇ ਸਰਕਾਰ ਤੱਕ ਪਹੁੰਚਣੇ ਦੇ ਦੂਰ ਪਏਗਾ? ਜ਼ਰੂਰ ਪਏਗਾ, ਕਿਉਂਕਿ ਐਕਚੁਅਲੀ ਹੁੰਦਾ ਕੀ ਸੀ, ਕੁੜੀਆਂ ਲਈ ਕਾਨੂੰਨ ਕਿਉਂ ਆਏ? ਕੁੜੀਆਂ ਲਈ ਕਾਨੂੰਨ ਇਸ ਕਰਕੇ ਆਏ ਕਿਉਂਕਿ ਕੁੜੀਆਂ ਦੇ ਸਮਾਜ ਨੇ ਦਿਖਾਇਆ ਗਿਆ ਸਮਾਜ ਨੂੰ ਕਿ ਕੁੜੀਆਂ ਵਿਚਾਰੀ ਹੈਗੀਆਂ, ਇਹਨਾਂ ਉੱਤੇ ਰੇਪ ਦੇ ਕੇਸ ਹੋ ਰਹੇ, ਇਹਨਾਂ ਨੂੰ ਮੁੰਡੇ ਛੇੜਦੇ ਆ, ਤਾਂ ਸਰਕਾਰ ਇਹਨਾਂ ਦੇ ਹੱਕ 'ਚ ਕਾਨੂੰਨ ਲੈ ਕੇ ਆਈ। ਔਰ ਬੇਬਸ ਮੁੰਡੇ ਜਦੋਂ ਇਹਨਾਂ 'ਤੇ ਤਕਲੀਫ ਆਉਂਦੀ ਹੈ, ਇਹਨਾਂ ਨੂੰ ਕੋਈ ਮੀਡੀਆ ਸਾਹਮਣੇ ਕੋਈ ਇੱਥੇ ਦਿਖਾਇਆ ਹੀ ਨਹੀਂ ਜਾਂਦਾ। ਸੋ ਮੁੰਡਿਆਂ ਦੀ ਚੀਜ਼ਾਂ ਨੂੰ ਜਦੋਂ ਦਿਖਾਇਆ ਜਾਊਗਾ, ਸਰਕਾਰਾਂ ਤੱਕ ਇਹਨਾਂ ਤੋਂ ਪਹੁੰਚਾਇਆ ਜਾਊਗਾ, ਉਹਨਾਂ ਦੀ ਪ੍ਰੋਬਲਮ ਨੂੰ ਦੱਸਿਆ ਜਾਊਗਾ, ਤਾਂ ਜ਼ਰੂਰ ਇਹਦਾ ਕੋਈ ਨਾ ਕੋਈ ਹੱਲ ਹੋਊਗਾ। ਇਹਦੇ ਲਈ ਸਾਰਿਆਂ ਨੂੰ ਖੜਨ ਦੀ ਬੜੀ ਲੋੜ ਹੈ। ਅੱਜ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚੋਂ ਲੋਕ ਆਏ ਨੇ? ਸਰ, ਪੰਜਾਬ, ਹਰਿਆਣਾ, ਰਾਜਸਥਾਨ, ਫਜ਼ਾਲਿਕਾ, ਸਾਰੇ ਜ਼ਿਲ੍ਹਿਆਂ ਵਿੱਚੋਂ ਆਏ ਆ। ਕਿਉਂ ਆਏ ਆ? ਕਿਸੇ ਨੂੰ ਸ਼ੌਂਕ ਨਹੀਂ ਹੈਗਾ, ਕਿਉਂਕਿ 2 ਮਿੰਟ ਦਾ ਟਾਈਮ ਵੀ ਨਹੀਂ ਹੈਗਾ ਕਿਸੇ ਕੋਲ ਕਿਸੇ ਨੂੰ ਦੇ ਸਕੇ, ਬਟ ਇਹਨਾਂ ਝੂਠੇ ਕੇਸਾਂ ਦੇ ਸ਼ਿਕਾਰ ਹੋ ਗਏ। ਕਿਉਂ ਹੋ ਗਏ? ਕਿਉਂਕਿ ਇਨਵੈਸਟੀਗੇਸ਼ਨ ਨਹੀਂ ਹੋਈ। ਜਿਹੜਾ 10,000 ਕਮਾ ਰਿਹਾ, ਉੱਥੇ ਵੀ 15-15 ਲੱਖ ਮੰਗਿਆ ਜਾ ਰਿਹਾ, 20-20 ਲੱਖ ਮੰਗਿਆ ਜਾ ਰਿਹਾ। ਇੱਕ ਸਕੈਮ ਬਣਾਤਾ ਹੋਇਆ ਡਿਵੋਰਸ ਦੇ ਨਾਂ 'ਤੇ, ਜਿਹੜੀ ਅੱਜ ਕੱਲ੍ਹ ਕਿ ਕੁੜੀਆਂ ਨੂੰ ਘਰ ਬਿਠਾ ਕੇ ਉਹਨਾਂ ਦੀ ਮਾਵਾਂ ਪੈਸੇ ਕਲੇਮ ਕਰ ਰਹੀਆਂ ਐਲਮਨੀ ਦੇ ਤੌਰ 'ਤੇ, ਔਰ ਮੁੰਡੇ ਸਫ਼ਰ ਕਰ ਰਹੇ ਆ। ਇੱਕ 15,000 ਰੇੜੀ ਵਾਲਾ ਬੰਦਾ 15 ਲੱਖ ਕਿੱਥੋਂ ਦੇ ਦੂਗਾ ਕੋਰਟ ਦੇ ਕਹਿਣ 'ਤੇ? ਸੋ ਐਂਡ ਉਹਨੇ ਸੁਸਾਈਡ ਹੀ ਕਰਨਾ ਹੁੰਦਾ ਡਿਪਰੈਸ਼ਨ 'ਚ ਜਾ ਕੇ। ਸੋ ਅਲੱਗ ਅਲੱਗ ਸ਼ਹਿਰਾਂ ਤੋਂ ਲੋਕ ਇੱਥੇ ਐਡਵਾਈਸ ਲੈਣ ਆਏ ਆ, ਕਿਤੇ ਨਾ ਕਿਤੇ ਮਿਸਗਾਈਡ ਕੀਤਾ ਜਾ ਰਿਹਾ ਐਡਵੋਕੇਟਸ ਵੱਲੋਂ, ਕਿੱਥੇ ਵੱਲੋਂ, ਕਿਉਂਕਿ ਇੱਕ ਚੰਗੇ ਰਾਹ, ਡਾਇਰੈਕਸ਼ਨ ਇਜ਼ ਮੋਰ ਇੰਪੋਰਟੈਂਟ ਐਂਡ ਸਪੀਡ।
ਕਿਉਂਕਿ ਇੱਕ ਡਾਇਰੈਕਸ਼ਨ ਚੰਗੀ ਦੇਣੀ ਬੜੀ ਜ਼ਰੂਰੀ ਹੈ, ਕਿਉਂਕਿ ਇੱਕ ਵਕੀਲ ਵੱਲੋਂ 10 ਸੜਕਾਂ ਦਿਖਾ ਦਿੱਤੀਆਂ ਜਾਂਦੀਆਂ ਇੱਥੇ ਇੱਥੇ ਇੱਥੇ, ਜਦੋਂ ਉਹਨਾਂ ਨੂੰ ਇੱਕ ਡਾਇਰੈਕਸ਼ਨ ਹੀ ਦਿੱਤੀ ਜਾਂਦੀ ਉਹ ਬੰਦਾ ਸੁਸਾਈਡ ਕਰਦਾ ਹੀ ਕਰਦਾ। ਸੋ ਅਸੀਂ ਉਹਨਾਂ ਨੂੰ ਡਾਇਰੈਕਸ਼ਨ ਦੇ ਰਹੇ ਹਾਂ। ਵੀਰ ਜੀ, ਮੇਰਾ ਨਾਮ ਗਗਨਦੀਪ ਸਿੰਘ ਆ ਜੀ, ਪਿੰਡ ਮੇਰਾ ਗਹਿਲਾ, ਜ਼ਿਲ੍ਹਾ ਬਰਨਾਲਾ ਜੀ। ਗਗਨ ਜੀ, ਤੁਸੀਂ ਵੀਰ ਜੀ, ਮੇਰੀ ਸਮੱਸਿਆ ਹੈਗੀ ਆ ਪਰਿਵਾਰ ਨੂੰ ਲੈ ਕੇ ਜੀ, ਅਤੇ ਮੇਰੇ ਨਾਲ ਹੋਏ ਠੱਗੀ ਧੋਖੇ ਅਤੇ ਧੱਕਿਆਂ ਨੂੰ ਲੈ ਕੇ ਜੀ। ਦੋ ਵਾਰੀ ਵੀਰ ਜੀ ਮੈਂ ਜੇਲ੍ਹ ਜਾ ਚੁੱਕਿਆ, ਮੇਰੇ ਘਰਵਾਲੀ ਦੀ ਬਦੌਲਤ ਜੀ, ਮੇਰੇ ਸਾਢੂ ਅਤੇ ਮੇਰੇ ਸਾਲੀ ਦੀ ਬਦੌਲਤ ਜੀ। ਉਹਨਾਂ ਨੇ ਮੇਰੇ 'ਤੇ ਝੂਠੇ ਕੇਸ ਪਵਾ ਕੇ ਜੀ ਮੈਨੂੰ ਜੇਲ੍ਹ 'ਚ ਸਿੱਟ ਦਿੰਦੇ ਸੀ। ਉਸ ਤੋਂ ਬਾਅਦ ਮੇਰੇ ਨਾਲ ਕੰਪਰੋਮਾਈਜ਼ ਕਰਦੇ ਸੀ ਹਰੇਕ ਗੱਲ ਦਾ, ਵੀ ਆਹ ਤੂੰ ਸਾਨੂੰ ਕਰੇਗਾ ਦੇਵੇਂਗਾ, ਜਾਂ ਕੁੜੀਆਂ ਨੂੰ ਚੱਕ ਕੇ ਭੱਜ ਜਾਂਦੇ ਸੀ ਮੇਰੀ ਬੇਟੀ ਨੂੰ। ਉਹਨਾਂ ਨੂੰ ਪਤਾ ਸੀ ਵੀ ਆਪਦੀ ਬੇਟੀ ਬਿਨਾਂ ਸਾਰਦਾ ਨਹੀਂ ਜੀ। ਮੇਰੇ ਘਰਵਾਲੀ 2012 'ਚ ਵਿਆਹ ਹੋਇਆ ਜੀ ਮੇਰਾ, ਅਤੇ ਥੋੜ੍ਹੇ ਟਾਈਮ ਬਾਅਦ ਹੀ ਇਹ ਗੱਲ ਕਹਿਣ ਲੱਗ ਗਈ ਸੀ ਕਿ ਐਸ਼ ਮੈਂ ਲੋਕਾਂ ਨਾਲ ਕਰਾਂਗੀ ਅਤੇ ਖਰਚਾ ਤੇਰੇ ਤੋਂ ਲਵਾਂਗੀ। ਸੋ ਉਹੀ ਉਹਨੇ ਕਰਿਆ ਜੀ, ਅਤੇ 2013 'ਚ ਮੇਰੇ ਬੇਟੀ ਹੋ ਗਈ ਜੀ। ਬੇਟੀ ਨਾਲ ਮੇਰਾ ਪਿਆਰ ਪੈਣ ਦੇ ਬਾਵਜੂਦ ਜੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਦੀ ਇਹ ਕਮਜ਼ੋਰੀ ਆ। ਉਹ ਸਾਲ 'ਚ 8-10 ਵਾਰੀ ਉਹਨੂੰ ਚੱਕ ਕੇ ਭੱਜਦੀ ਸੀਗੀ ਜੀ, ਅਤੇ ਜਾ ਕੇ ਅਸੀਂ ਮਨਾ ਕੇ ਲੈ ਕੇ ਆਉਂਦੇ ਤਾਂ ਉਹ ਨਵੀਂ ਕੰਡੀਸ਼ਨ ਰੱਖਦੀ ਸੀ ਹਰ ਵੇਲੇ ਜੀ। ਅਤੇ ਝੂਠੀਆਂ ਮੇਰੇ 'ਤੇ ਦਰਖਾਸਤਾਂ ਵੀ ਬਰਨਾਲੇ ਥਾਣਿਆਂ 'ਚ ਬਹੁਤ ਆ ਜੀ। ਬਰਨਾਲੇ ਦਾ ਕੋਈ ਇਹੋ ਜਿਹਾ ਪੁਲਿਸ ਸਟੇਸ਼ਨ ਨਹੀਂ ਜਿੱਥੇ ਤੇ ਮੇਰੇ ਝੂਠੀਆਂ ਦਰਖਾਸਤਾਂ ਨਾ ਹੋਣ। ਕਿਤੇ ਕਹਿ ਦੇਣਾ ਮੈਨੂੰ ਜ਼ਹਿਰ ਦਿੰਦਾ ਸੀ, ਕਿਤੇ ਕਹਿ ਦੇਣਾ ਮੈਨੂੰ ਫਾਹਾ ਦਿੰਦਾ ਸੀ, ਕਿਤੇ ਕਹਿ ਦੇਣਾ ਮੈਨੂੰ ਕੁੱਟਮਾਰ ਕਰਦਾ ਸੀ। ਸੋ ਅੱਜ ਮੈਂ ਸਜ਼ਾ ਉਹ ਭੁਗਤ ਰਿਹਾ ਜੀ, ਕਸੂਰ ਮੇਰਾ ਇੱਕ ਰੱਤੀ ਭਰ ਵੀ ਨਹੀਂ। ਅਸੀਂ ਧੰਨਵਾਦ ਕਰਦੇ ਹਾਂ ਜੀ ਅਨਮੋਲ ਵੀਰ ਜੀ ਦਾ, ਜਿਹੜੇ ਸਾਡਾ ਇੱਥੇ ਦੁੱਖ ਸੁਣ ਦੇ ਸਾਡਾ ਸਹਾਰਾ ਬਣਨ ਆਏ ਆ। ਕਿਉਂ ਇਸੇ ਸਦਮੇ ਦੇ ਵਿੱਚ ਜਦੋਂ ਮੈਂ ਜੇਲ੍ਹ ਚਲਿਆ ਗਿਆ ਜੀ 2021 'ਚ, ਮੇਰਾ ਉਸ ਤੋਂ ਬਾਅਦ ਮੇਰਾ ਬਾਪ ਦੀ ਡੈੱਥ ਹੋ ਗਈ ਜੀ। ਉਹਨਾਂ ਦੀ ਡੈੱਥ ਹੋਣ ਤੋਂ ਬਾਅਦ ਅੱਜ ਮੇਰੀ ਮਾਂ ਵੀ ਮੰਜੇ 'ਚ ਪਈ ਆ ਜੀ, ਅਤੇ ਸਾਡੇ ਘਰ ਦਾ ਉਥਲ ਪੁਥਲ ਹੋ ਗਈ ਬਹੁਤ ਜ਼ਿਆਦਾ ਜੀ। ਅਤੇ ਉਹਨਾਂ ਦਾ ਕੋਈ ਕਿਤੇ ਸਾਡੀ ਖਬਰਸਾਰ ਨਹੀਂ ਲਈ। ਮੈਂ ਆਪਦੀ ਬੇਟੀ ਨੂੰ ਮਿਲਦਾ ਸਿਰਫ ਕੋਰਟ ਦੇ ਵਿੱਚ 10 ਮਿੰਟ ਮਿਲਦਾ ਜੀ, ਅਤੇ ਉਹ ਚੀਜ਼ ਦਾ ਵੀ ਮੇਰੇ ਮਨ 'ਤੇ ਮੈਂਟਲੀ ਬਹੁਤ ਪ੍ਰਭਾਵ ਆ ਜੀ, ਬਹੁਤ ਮਾੜਾ ਅਸਰ ਆ ਜੀ। ਆਪਦੀ ਬੱਚੀ ਬਿਨਾਂ ਮੈਂ ਰਹਿ ਨਹੀਂ ਸਕਦਾ। ਸੋ ਸਾਡੇ ਇਹ ਬੇਨਤੀ ਕਰਦੇ ਹਾਂ ਅਸੀਂ ਸਰਕਾਰਾਂ ਨੂੰ ਵੀ, ਕਾਨੂੰਨ ਮੰਤਰੀਆਂ ਨੂੰ ਵੀ, ਪ੍ਰਸ਼ਾਸਨ ਨੂੰ ਵੀ, ਅਤੇ ਬੱਚਿਆਂ ਲਈ ਜੋ ਜੇ ਤੁਸੀਂ ਲੇਡੀਜ਼ ਲਈ ਕਾਨੂੰਨ ਇਹ ਬਣਾਏ ਨੇ, ਸਾਡੇ ਲਈ ਵੀ ਕੋਈ ਕਾਨੂੰਨ ਹੋਣਾ ਚਾਹੀਦਾ। ਸਾਡੀ ਹੱਥ ਜੋੜ ਕੇ ਇਹ ਬੇਨਤੀ ਆ, ਸਾਡੇ ਇਨਸਾਫ ਸਾਨੂੰ ਵੀ ਚਾਹੀਦਾ। ਜਦੋਂ ਅਸੀਂ ਇੱਕ MLA ਚੁਣ ਸਕਦੇ ਹਾਂ, ਇੱਕ ਪੰਚਾਇਤ ਮੈਂਬਰ ਚੁਣ ਸਕਦੇ ਹਾਂ, ਇੱਕ ਮੰਤਰੀ ਚੁਣ ਸਕਦੇ ਹਾਂ, MP ਚੁਣ ਸਕਦੇ ਹਾਂ, ਅਤੇ ਅਸੀਂ ਆਪਦਾ ਜਿਹੜਾ ਰਿਸ਼ਤਾ ਸਾਡਾ ਅਸੀਂ ਉਹਨੂੰ ਚੰਗੀ ਤਰ੍ਹਾਂ ਨਹੀਂ ਚੁਣ ਸਕਦੇ ਜੀ। ਅਸੀਂ ਵੀ ਆਪਦੇ ਹੱਕ ਮੰਗ ਸਕਦੇ ਹਾਂ ਜੀ ਸਰਕਾਰ ਤੋਂ, ਅਸੀਂ ਵੀ ਕਾਨੂੰਨ ਤੋਂ ਆਪਦੇ ਹੱਕ ਮੰਗ ਸਕਦੇ ਹਾਂ ਜੀ। ਇਹ ਹੱਕ ਸਾਡੇ ਤੋਂ ਕਿਉਂ ਖੋਹੇ ਜਾ ਰਹੇ ਨੇ? ਕਾਨੂੰਨ ਸਾਡੀ ਸੁਣਵਾਈ ਪ੍ਰੋਪਰ ਤੌਰ 'ਤੇ ਕਿਉਂ ਨਹੀਂ ਕਰਦਾ ਜੀ? ਸੋ ਜੋ ਗੱਲ ਕਹਿੰਦੀ ਸੀ ਵੀ ਮੈਂ ਐਸ਼ ਲੋਕਾਂ ਨਾਲ ਕਰਾਂਗੀ, ਖਰਚਾ ਤਾਂ ਇੱਥੋਂ ਲਵਾਂਗੀ, ਉਹ ਇਹੀ ਕੁਛ ਕਰ ਰਹੀ ਆ ਜੀ। 3 ਸਾਲ ਤੋਂ ਮੈਥੋਂ ਖਰਚਾ ਲੈ ਰਹੀ ਹੈ ਜੀ, ਅਤੇ ਉਹ ਫਿਰਦੀ ਬਸ ਇਸ ਤਰ੍ਹਾਂ ਤੁਰੀ, ਨਾਲੇ ਉਹਦੀ ਆਪਦੀ ਦੁਕਾਨ ਪਾਈ ਹੋਈ ਜੀ ਘਰ ਦੇ ਵਿੱਚ, ਠੀਕ ਹੈ ਜੀ? ਅਤੇ ਅਸੀਂ ਬਹੁਤ ਮੈਂਟਲੀ ਟੋਰਚਰ ਹੋ ਰਹੇ ਹਾਂ ਇਸ ਗੱਲ ਤੋਂ, ਅਤੇ ਬਹੁਤ ਸਾਨੂੰ ਇਹਨਾਂ ਚੀਜ਼ਾਂ ਦਾ ਦੁੱਖ ਆ। ਮੇਰੇ ਹਜ਼ਾਰਾਂ ਲੋਕ ਹੋਰ ਆਏ ਹੋਏ ਨੇ ਜੀ, ਉਹ ਵੀ ਇਸੇ ਤਰ੍ਹਾਂ ਪੀੜਿਤ ਨੇ। ਸਾਡੀ ਦੁਬਾਰਾ ਬੇਨਤੀ ਹੈ ਜੀ ਪ੍ਰਸ਼ਾਸਨ ਨੂੰ, ਸਰਕਾਰਾਂ ਨੂੰ, ਇਹ ਕੋਈ ਕਾਨੂੰਨ ਇਹੋ ਜਿਹਾ ਬਣਨਾ ਚਾਹੀਦਾ ਜਿਹੜਾ ਮੁੰਡਿਆਂ ਦੇ ਹੱਕ ਲਈ ਵੀ ਹੋਵੇ, ਜੋ ਸੱਚਾ ਹੋਵੇ ਅਤੇ ਸਭ ਲਈ ਇੱਕ ਹੋਵੇ ਜੀ। ਹਾਂਜੀ, ਨਾਮ ਮੇਰਾ ਹਰਵਰਿੰਦਰ ਸਿੰਘ ਹੈ ਅਤੇ ਖਮਾਣੋ ਸ਼ਹਿਰ ਦਾ ਮੈਂ, ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਤੋਂ। ਗੁਰਿੰਦਰ ਜੀ, ਕੀ ਤੁਹਾਡਾ ਮਸਲਾ ਸੀ ਜਿਹਦੇ ਵਾਸਤੇ ਤੁਸੀਂ ਅਨਮੋਲ ਦੇ ਸੈਮੀਨਾਰ ਤੇ ਆਏ? ਐਕਚੁਅਲੀ ਸਰ, 2024 22 ਜੁਲਾਈ ਨੂੰ ਮੇਰੇ ਭਰਾ ਨੇ ਸੁਸਾਈਡ ਕੀਤੀ ਸੀ ਨਹਿਰ ਛਾਲ ਮਾਰ ਕੇ ਜੀ, ਅਤੇ ਜ਼ਿੰਮੇਵਾਰ ਸੀਗਾ ਉਹਦਾ, ਕੁੜੀ ਦਾ ਪਰਿਵਾਰ ਜ਼ਿੰਮੇਵਾਰ ਸੀਗਾ। ਕੁੜੀ ਦੇ ਪਰਿਵਾਰ ਨੇ 4 ਸਾਲ ਹਰਾਸ ਕੀਤਾ ਮੇਰੇ ਭਰਾ ਨੂੰ, ਠੀਕ ਹੈ, ਅਤੇ ਉਹਨੂੰ ਆਪਣੇ ਬਸ ਸਵਾਰਥ ਲਈ ਵਰਤਿਆ ਸੀਗਾ ਬਾਹਰ ਜਾਣ ਲਈ, ਠੀਕ ਹੈ। ਜਦੋਂ ਕੁੜੀ ਬਾਹਰ ਪਹੁੰਚ ਗਈ ਫਿਰ ਆਪਣੇ ਰੰਗ ਦਿਖਾਉਣ ਲੱਗ ਗਈ ਇਸ ਲਈ ਉਹ ਬਾਹਰ ਜਾ ਕੇ, ਹੈ ਨਾ। ਸ਼ੁਰੂਆਤ 2019 ਤੋਂ ਹੋਈ ਸੀਗੀ, 19 'ਚ ਵਿਆਹ ਹੋਇਆ ਸੀ ਭਾਈ ਦਾ, ਅਤੇ ਖਰਚਾ ਸਾਰਾ ਅਸੀਂ ਕੀਤਾ ਸੀ ਵਿਆਹ ਦਾ, ਅਤੇ ਅਸੀਂ ਬਾਹਰ ਦਾ ਖਰਚਾ ਵੀ ਕੀਤਾ ਸੀ ਸਾਰਾ ਮੇਰੇ ਫਾਦਰ ਸਾਹਿਬ ਦੇ,
ਅਤੇ ਉਹ ਤੋਂ ਬਾਅਦ ਹਫ਼ਤੇ ਕੁ ਬਾਅਦ ਇਹ ਕੁੜੀ ਦੀ ਚੈਟ ਫੜੀ ਗਈ ਸੀ ਕਿਸੇ ਮੁੰਡੇ ਨਾਲ, ਠੀਕ ਹੈ, ਅਤੇ ਅਸੀਂ ਉਹ ਗਲਤੀ ਵੀ ਕੁੜੀ ਦੀ ਮਾਫ਼ ਕੀਤੀ ਸੀ, ਚਲੋ ਬੱਚੀ ਆ ਹੈ ਨਾ, ਆਪਾਂ ਕਰ ਦਿੰਦੇ ਹੁੰਦੇ ਹਾਂ ਗਲਤੀਆਂ ਮਾਫ਼। ਉਹ ਤੋਂ ਬਾਅਦ 2020 ਉਹ ਬਾਹਰ ਗਈ ਸੀ ਜਨਵਰੀ ਫਰਵਰੀ ਦੇ ਮਹੀਨੇ 'ਚ। ਉਹ ਤੋਂ ਬਾਅਦ 3 ਸਾਲ ਭਾਈ ਦਾ ਵੀਜ਼ਾ ਨਹੀਂ ਆਇਆ, ਠੀਕ ਹੈ, ਉਹਦੇ ਕਾਰਨ ਵੀ ਕੁੜੀ ਦੇ ਆਪਣੇ ਹੀ ਸੀਗੇ, ਕਦੇ ਪੈਸੇ ਕਢਵਾ ਲੈਣੇ, ਕਦੇ ਫੰਡ ਕਢਵਾ ਲੈਣੇ, ਹੈ ਨਾ। ਅਤੇ ਉਹ ਤੋਂ ਬਾਅਦ 2022 'ਚ ਉਹ ਬਾਹਰ ਗਿਆ ਸੀਗਾ ਕੈਨੇਡਾ। ਜਦੋਂ ਉਹ ਬਾਹਰ ਗਿਆ ਉਹ 1.5 ਲੱਖ ਦੇ ਗਿਫਟ ਲੈ ਕੇ ਗਿਆ ਸੀ ਕੁੜੀ ਵਾਸਤੇ, ਜਿਹੜੇ ਉਹਨੇ ਆਪ ਮੰਗਵਾਈ ਸੀ ਉਹ ਤੋਂ, ਠੀਕ ਹੈ। ਅਤੇ ਸਤੰਬਰ 'ਚ ਬਾਹਰ ਗਿਆ ਸੀ, ਅਤੇ ਦੂਜੇ ਦਿਨ ਕੁੜੀ ਨੇ ਲੜਾਈ ਝਗੜਾ ਸਟਾਰਟ ਕਰਤਾ ਸੀ ਭਾਈ ਨਾਲ, ਠੀਕ ਹੈ। ਅਤੇ ਤੀਜੇ ਦਿਨ ਉਹ ਤਾਂ ਉਹਨੂੰ ਬਾਹਰ ਕੱਢਦਾ ਸੀ ਕਮਰੇ ਤੋਂ ਬਾਹਰ, ਠੀਕ ਹੈ, ਉਹਦੇ ਐਲੀਗੇਸ਼ਨ ਲਾਏ ਵੀ ਮੇਰਾ ਰੇਪ ਕਰਨ ਲੱਗੇ ਆ, ਉਹ ਸਾਰੇ ਐਲੀਗੇਸ਼ਨ ਝੂਠੇ ਸੀ ਕੁੜੀ ਦੇ ਲਾਏ ਹੋਏ। ਉਹ ਤੋਂ ਬਾਅਦ 'ਚ ਅਸੀਂ ਉਹਨੂੰ 3500 ਕਿਲੋਮੀਟਰ ਦੂਰ ਭੇਜਤਾ ਸੀ। ਉਹ ਕੁੜੀ ਸੀਗੀ ਪਹਿਲਾਂ ਮੌਂਟਰੀਅਲ, ਫਿਰ ਅਸੀਂ ਅਲਬਰਟਾ ਭੇਜਿਆ ਸੀ ਉਹਨੂੰ ਦੂਰ, ਠੀਕ ਹੈ। ਉੱਥੇ ਵੀ ਉਹਨੇ ਤੰਗ ਕਰਨਾ ਜਾਰੀ ਰੱਖਿਆ ਕੁੜੀ ਨੇ ਬਹੁਤ ਜ਼ਿਆਦਾ, ਠੀਕ ਹੈ, ਕਦੇ ਧਮਕੀਆਂ ਦਵਾਉਣੀਆਂ ਮੁੰਡਿਆਂ ਤੋਂ, ਕਦੇ ਉਹਨੂੰ ਕੋਰਟ 'ਚ ਪੇਸ਼ ਕਰਨ ਦੀ ਧਮਕੀ ਦੇਣੀ, ਠੀਕ ਹੈ, ਕਦੇ ਡਿਪੋਰਟ ਕਰਾਉਣ ਦੀ ਧਮਕੀ ਦੇਣੀ। ਫਿਰ ਪੈਨਿਕ ਅਟੈਕ ਆ ਗਿਆ ਸੀ ਮੇਰੇ ਭਰਾ ਨੂੰ, ਠੀਕ ਹੈ, ਟੈਂਸ਼ਨ 'ਚ ਰਹਿੰਦਾ ਸੀਗਾ ਬਹੁਤ ਜ਼ਿਆਦਾ। ਉਹ ਤੋਂ ਬਾਅਦ 'ਚ ਅਸੀਂ 2024 'ਚ ਜੂਨ ਦੇ ਮਹੀਨੇ 'ਚ ਉਹ ਇੰਡੀਆ ਆਇਆ ਸੀ ਵਾਪਸ, ਠੀਕ ਹੈ, ਅਤੇ 22 ਤਰੀਕ ਨੂੰ ਆਇਆ ਸੀਗਾ, 22 ਜੂਨ ਨੂੰ, ਅਤੇ ਜੁਲਾਈ 'ਚ ਉਹਨੇ ਆਤਮ ਹੱਤਿਆ ਕਰ ਲਈ ਸੀਗੀ। ਅਤੇ ਸਰ ਮੇਰਾ ਕਹਿਣਾ ਇਹ ਆ ਵੀ ਸਾਡੇ ਬੜੇ ਸਾਰੇ ਕੇਸ ਨੇ ਐਵੇਂ ਦੇ, ਠੀਕ ਹੈ, ਸਾਡੇ ਸ਼ਹਿਰ ਦੇ ਵਿੱਚ ਜਿੱਥੇ ਮੁੰਡਿਆਂ ਨੇ ਸੂਸਾਈਡ ਕੀਤੀ ਆ ਕੁੜੀਆਂ ਪਿੱਛੇ, ਠੀਕ ਹੈ, ਕੁੜੀਆਂ ਪੈਸੇ ਲਵਾਉਂਦੀਆਂ ਨੇ ਮੁੰਡਿਆਂ ਤੋਂ ਅਤੇ ਬਾਹਰ ਜਾ ਕੇ ਬਲੌਕ ਕਰ ਦਿੰਦੀਆਂ ਨੇ, ਅਤੇ ਮੁੰਡੇ ਪਿੱਛੇ ਜਿਉਂਦੀਆਂ ਲਾਸ਼ਾਂ ਬਣੀ ਘੁੰਮਦੇ ਫਿਰਦੇ ਨੇ, ਠੀਕ ਹੈ, ਅਤੇ ਪਿੱਛੇ ਪਰਿਵਾਰ ਵੀ ਸਫ਼ਰ ਕਰਦਾ ਫਿਰ ਉਹਨਾਂ ਦਾ ਸਾਰਾ, ਅਗਲੇ ਦੇ ਪੈਸੇ ਵੀ ਖਰਾਬ ਹੁੰਦੇ ਨੇ, ਸਿਹਤਾਂ ਵੀ ਖਰਾਬ ਹੁੰਦੀਆਂ, ਮੈਂਟਲ ਹੈਲਥ ਵੀ ਖਰਾਬ ਹੁੰਦੀ ਹੈ। ਅਤੇ ਪੰਜਾਬ 'ਚ ਮੈਂ ਪੜ੍ਹਿਆ ਸੀ ਕਿਤੇ ਵੀ 2021 ਤੋਂ ਪਹਿਲਾਂ 3600 ਕੇਸ ਨੇ ਐਵੇਂ ਦੇ ਜਿਹੜੇ ਦਰਜ ਹੋਏ ਨੇ ਸਿਰਫ, ਜਿਹੜੇ ਦਰਜ ਨਹੀਂ ਹੋਏ ਉਹ ਆਪਾਂ ਨੂੰ ਹਾਲੇ ਪਤਾ ਨਹੀਂ ਹੈਗੇ। ਅਤੇ ਡੇਲੀ ਅਖਬਾਰ 'ਚ ਨਵੀਂ ਨਿਊਜ਼ ਆਉਂਦੀ ਹੈ, ਮੁੰਡਾ ਸੂਸਾਈਡ ਕਰ ਗਿਆ, ਮੁੰਡਾ ਫਾਹ ਲੈ ਗਿਆ, ਅਤੇ ਸਰਕਾਰ ਇਹਦੇ ਬਾਰੇ ਕੁਛ ਵੀ ਨਹੀਂ ਕਰ ਰਹੀ। ਸਰਕਾਰ ਚਾਹੇ ਤਾਂ ਕੁੜੀਆਂ ਨੂੰ ਬੋਦਿਆਂ ਤੋਂ ਫੜ ਕੇ ਇੱਧਰ ਲੈ ਕੇ ਆ ਸਕਦੀ ਹੈ, ਠੀਕ ਹੈ, ਪਰ ਕੋਈ ਬੋਲਦਾ ਨਹੀਂ ਹੈਗਾ ਇਹਨਾਂ ਦੇ ਖਿਲਾਫ਼। ਭਾਅ ਜੀ ਕਿਤੇ ਨਾ ਕਿਤੇ ਅਸੀਂ ਵੀ ਕਸੂਰਵਾਰ ਹੋਵਾਂਗੇ, ਕਿਉਂਕਿ ਅਸੀਂ ਬਾਹਰਲੀ ਲੜਕੀ ਦੇਖ ਕੇ ਰਿਸ਼ਤਾ ਕਰਦੇ ਹਾਂ, ਅਸੀਂ ਕੁਛ ਨਹੀਂ ਵੈਰੀਫਾਈ ਕਰਦੇ, ਉਹ ਤੋਂ ਫਟਾਫਟ ਅਸੀਂ ਇਹ ਸੋਚਦੇ ਵੀ ਰਿਸ਼ਤਾ ਕਰ ਦੋ ਮੁੰਡਾ ਜਿਹੜਾ। ਜੀ 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 ਪੱਕਾ ਹੋ ਜਾਊਗਾ। ਕਿਤੇ ਨਾ ਕਿਤੇ ਸਾਡੇ ਵਿੱਚ ਕਿਤੇ ਕਮੀਆਂ ਨਜ਼ਰ ਆ ਰਹੀਆਂ ਸਰ, ਕਮੀਆਂ ਹੈਗੀਆਂ ਨੇ, ਪਰ ਹਰੇਕ ਮਾਂ ਬਾਪ ਸੋਚਦਾ ਮੇਰਾ ਬੱਚਾ ਸੈੱਟ ਹੋ ਜਾਵੇ, ਠੀਕ ਹੈ, ਪਰ ਕੁੜੀਆਂ ਧੋਖੇ ਨਾ ਦੇਣ ਫਿਰ ਕੋਈ ਕਮੀ ਨਿਕਲਣੀ ਉਹ ਨਹੀਂ ਹੈਗੀ। ਜੇ ਕੁੜੀਆਂ ਧੋਖੇ ਦਿੰਦੀ ਤਾਂ ਆਪਾਂ ਕਹਿੰਦੇ ਹਾਂ ਬਿਜ਼ਨਸ ਹੋਇਆ ਸੀ, ਡੀਲ ਹੋਈ ਸੀ। ਜੇ ਕੁੜੀਆਂ ਇਮਾਨਦਾਰ ਰਹਿਣਗੀਆਂ ਮੁੰਡਿਆਂ ਨਾਲ ਫਿਰ ਤਾਂ ਕੋਈ ਰੌਲਾ ਹੀ ਨਹੀਂ ਸੀਗਾ ਇਹਨਾਂ ਗੱਲਾਂ ਦਾ। ਕੁੜੀਆਂ ਧੋਖੇ ਦੇਣ ਲੱਗ ਗਈਆਂ ਬਾਹਰ ਜਾ ਕੇ, ਫੇਰ ਸਾਰੇ ਇਹ ਇਸ਼ੂ ਬਣੇ ਹਨ, ਤਾਂ ਹੀ ਮੁੰਡੇ ਮਰ ਰਹੇ ਹਨ ਸਾਰੇ। ਮੇਰਾ ਨਾਮ ਕੁਲਵੰਤ, ਸ਼ਹਿਰ ਮੇਰਾ ਬਟਾਲਾ ਵਾ, ਪਿੰਡ ਮੇਰਾ ਬਹਾਦਰਪੁਰ ਸ਼ੁਕਰ ਮਿਲ। ਮੈਂ ਆਪਣੀ ਇਹ ਸਾਰੀ ਸਮੱਸਿਆ ਇਹ ਲੈ ਕੇ ਆਇਆ ਹਾਂ ਮੋਗਾ, ਸਾਡੀ ਸਰ ਅਨਮੋਲ ਦੇ ਨਾਲ ਗੱਲ ਹੋਈ ਫੋਨ ਦੇ। ਸਮੱਸਿਆ ਮੇਰੀ ਇਹ ਸੀ ਸਰ ਜੀ, ਮੇਰੇ 3 ਬੱਚੇ ਜੇ, ਵੱਡਾ ਬੇਟਾ ਮੇਰਾ 13 ਸਾਲ ਦਾ ਜੇ, ਬੇਟੀ ਮੇਰੀ ਹੈਗੀ ਆ ਜੀ 10 ਸਾਲ ਦੀ, ਅਤੇ ਛੋਟਾ ਬੇਟਾ ਮੇਰਾ ਹੈਗਾ ਵਾ ਜੀ 4 ਸਾਲ ਦਾ। ਅਤੇ ਸਨ 2024 ਪਹਿਲਾ ਮਹੀਨਾ 13 ਤਰੀਕ ਲੋਹੜੀ ਵਾਲੇ ਦਿਨ ਦੀ, ਮੇਰੀ ਵਾਈਫ ਮੇਰੇ ਬੱਚਿਆਂ ਨੂੰ ਸੁੱਤਿਆਂ ਨੂੰ ਛੱਡ ਕੇ ਮਧੇਰੇ 6:20 'ਤੇ ਕਿਸੇ ਦੇ ਨਾਲ ਮੋਟਰਸਾਈਕਲ 'ਤੇ ਬੈਠ ਕੇ ਅਤੇ ਚਲੀ ਗਈ ਆ। ਉਸ ਤੋਂ ਬਾਅਦ ਅਸੀਂ ਜੀ ਉਹਨਾਂ ਦੇ ਪਿੰਡ ਗਿਆ, ਘਰ ਗਿਆ ਉਹਦੀ ਮਾਂ ਪਿਓ ਕੋਲ। ਉਹਦੀ ਮਾਂ ਨੇ ਮੈਨੂੰ ਇਹ ਕਿਹਾ ਕਿ ਇੱਥੇ ਨਹੀਂ ਆਈ ਹੈਗੀ, ਤਾਂ ਉਹ ਕਿਸੇ ਚਲੀ ਗਈ ਆ। ਫਿਰ ਉਹਦੀ ਮਾਸੀ ਵੀ ਉਹਦੇ ਕੋਲ ਬੈਠੀ ਸੀ, ਉਹ ਵੀ ਬੋਲੀ ਕਿ ਉਹ ਇੱਥੇ ਨਹੀਂ ਆਈ ਹੈਗੀ, ਮੇਰੇ ਨਾਲ ਗੱਲ ਹੋਈ ਸੀ, ਉਹ ਕਿਤੇ ਚਲੀ ਗਈ ਆ। ਅਤੇ ਮੇਰੇ ਤੋਂ ਪਹਿਲਾਂ ਪਤਾ ਲੱਗਣ ਤੋਂ ਮੇਰੇ ਪਿੰਡ ਦੇ ਵਿੱਚ ਜਦੋਂ ਹਾਈ ਮੱਚ ਗਈ
ਕਿ ਉਹ ਕਿਸੇ ਸਰ ਦੇ ਨਾਲ ਲਾਉਣਾ ਵਾਲੇ ਨਾਲ ਭੱਜ ਚੁੱਕੀ ਆ ਜੀ। ਜੋ ਬੀਬੀਆਂ ਦਾ ਲੀਡਰ ਸੈਂਟਰ ਗਰੁੱਪ ਸੈਂਟਰ ਜੀ ਜੋ ਲਾਉਣ ਦਾ ਹੁੰਦਾ ਸੀ ਉਹ ਸਰਾਂ ਦੇ ਨਾਲ ਭੱਜ ਚੁੱਕੀ ਆ ਜੀ। ਮੈਂ ਸਰ ਜੀ ਮੈਂ ਫਿਰ ਉਹਨਾਂ ਦੇ ਫਿਰ ਉਹਦੇ ਭਰਾਵਾਂ ਨਾਲ ਗੱਲ ਕੀਤੀ, ਭਰਾ ਉਹਦੇ ਵੀ ਬੋਲਣ ਲੱਗੇ ਕਿ ਸਾਨੂੰ ਪਤਾ ਨਹੀਂ ਹੈ ਕਿ ਕਿੱਥੇ ਚਲੀ ਗਈ ਹੈ। ਅਤੇ ਸਰ ਮੈਨੂੰ ਉਸਨੇ ਲੜਕੀ ਨੇ ਫੋਨ ਕੀਤਾ 16 ਦਿਨਾਂ ਬਾਅਦ ਦੇ ਵਿੱਚ, ਕਹਿੰਦੀ ਮੈਂ ਤਾਂ ਕਿਸੇ ਜੋਬ 'ਤੇ ਲੱਗ ਗਈ, ਮੇਰੀ 25,000 ਰੁਪਇਆ ਸੈਲਰੀ ਲੱਗੀ ਹੈ ਜੀ। ਅਤੇ ਮੈਂ ਆਪਣੇ ਮਾਮੇ ਨਾਲ ਗੱਲ, ਮੈਨੂੰ ਨੰਬਰ ਨਹੀਂ ਦਿੰਦੀ, ਮੈਂ ਫਿਰ ਕਿਸੇ ਕੋ ਉਹਦੇ ਮਾਮੇ ਦਾ ਨੰਬਰ ਲਿਆ, ਮਾਮਾ ਉਹਦਾ ਕਹਿੰਦਾ ਕਿ ਮੈਂ ਕਿਤੇ ਬਿਠਾ ਦਿੱਤੀ ਸੀ ਆ ਜੀ, ਕਿਸ ਆਦਮੀ ਵੱਲ ਬਿਠਾ ਦਿੱਤੀ ਆ ਜਿਹਦੇ ਨਾਲ ਆਈ ਆ ਉਹਦੇ ਨਾਲ ਹੀ ਬਿਠਾ ਦਿੱਤੀ ਆ ਜੀ। ਤੁਸੀਂ ਇਹਦੀ ਕੰਪਲੇਂਟ ਨਹੀਂ ਕੀਤੀ? ਕੀਤੀ ਆ ਜੀ, ਮੈਂ ਥਾਣੇ 'ਚ ਵੀ ਕੀਤੀ ਸੀ, ਉਹ ਮੈਂ ਸੈੱਲ ਵੀ ਦਿੱਤਾ ਸੀ ਪਰਚਾ, ਹੁਣ ਮੈਂ ਕੇਸ ਵੀ ਇੱਥੇ ਕੀਤਾ ਜੀ। ਕੀ ਹੱਲ ਹੋਇਆ? ਹੱਲ ਕੋਈ ਸੁਣਵਾਈ ਨਹੀਂ ਜੀ ਸਾਡੀ ਹੋਣ ਡੀ ਜੀ। ਕੰਮ ਮੈਂ CNG ਗੈਸ ਪਲਾਂਟ 'ਤੇ ਲੱਗਾ ਜੀ, ਮੇਰੀ ਬਰਗਰ ਵਾਲੀ ਰੇਹੜੀ ਵੀ ਆ, ਇੱਕ ਮੀਟ ਵਾਲੀ ਸ਼ੋਪ ਵੀ ਆ ਮੇਰੀ ਆਪਣੀ ਆ। ਕੋਈ ਨਸ਼ਾ ਪਤਾ ਨਹੀਂ ਜੀ, ਮੈਂ ਆਪਣੇ ਆਪ ਹੀ ਭਜਨ ਲਿਖਦਾ, ਆਪਣੇ ਸ਼ਬਦ ਲਿਖਦਾ ਜੀ, ਕੋਈ ਨਸ਼ਾ ਪਤਾ ਨਹੀਂ। ਕੀ ਰਿਹਾ ਪਰਿਵਾਰ ਦੇ ਵਿੱਚ ਇਸ ਟਾਈਮ ਡਿਸਪਿਊਟ ਹੋਇਆ, ਘਰ ਵਾਲੀ ਚਲੀ ਗਈ ਹੈ, ਕਾਰਨ ਕੀ ਰਿਹਾ? ਬੱਚੇ ਵੀ 3 ਹੈਗੇ ਆ, ਵਿੱਚ ਮੁੱਢਲੀ ਜਾਂਚ ਦੇ ਵਿੱਚ ਕੀ ਸਾਹਮਣੇ ਆ ਰਿਹਾ? ਸਰ ਮੁੱਢਲੀ ਇਹੀ ਆ ਕਿ ਉਹ ਸਰ ਆਉਂਦੇ ਕਿਸ਼ਤਾਂ ਵਾਲੇ, ਉਹਦੇ ਨਾਲ ਹੀ ਕੋਈ ਗਿੱਟ ਮਿੱਟ ਜੀ ਹੋ ਗਈ ਅਤੇ ਚਲੀ ਗਈ। ਅੱਜ ਕੀ ਤੁਸੀਂ ਉਮੀਦ ਲੈ ਕੇ ਇੱਥੇ ਪਹੁੰਚੇ ਹੋ, ਸੈਮੀਨਾਰ ਦੇ ਵਿੱਚ ਪਹੁੰਚੇ ਹੋ, ਕੀ ਮਨ ਦੇ ਵਿੱਚ ਤੁਹਾਡੇ ਜਹਿਨ ਦੇ ਵਿੱਚ ਗੱਲ ਹੈ? ਸਾਡੇ ਜਹਿਨ ਦੇ ਵਿੱਚ ਇਹੀ ਆ ਕਿ ਚਲੋ ਮੁੱਦਾ ਵਾ ਕੋਈ ਭਰਾਵਾਂ ਦਾ, ਕੋਈ ਸਾਡੇ ਵਾਸਤੇ ਖੜਾ ਵਾ ਸੂਰਮਾ, ਅਸੀਂ ਤਾਂ ਇਹਨਾਂ ਔਰਤਾਂ ਦੇ ਵਿੱਚ ਗਿਣਦੇ ਹਾਂ। ਅਜੇ ਡਸਟਬੀਨ ਵੀ ਜਿਹੜਾ ਹੁੰਦਾ ਕੂੜੇ ਵਾਸਤੇ, ਉਹ ਵੀ ਇੱਕ ਘਰ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਵਾ ਜੀ, ਠੀਕ ਜੀ ਨਾ। ਇਹ ਔਰਤਾਂ ਇੱਦਾਂ ਦੀਆਂ ਵਾ, ਇਹ ਵੀ ਡਸਟਬੀਨ ਹੀ ਖੋਲ੍ਹ ਕੇ ਬੈਠੀਆਂ ਜਿਹਦੇ ਮਰਜ਼ੀ ਗਾੜੀ ਇਸਤੇਮਾਲ ਕਰੀ ਜਾਂਦੀਆਂ ਵਾ ਜੀ। ਹਾਂਜੀ, ਅਸੀਂ ਤਾਂ ਇਹੀ ਮੰਗ ਕਰਦੇ ਹਾਂ ਕਿ ਇਹਨਾਂ ਤੋਂ ਵੱਧ ਤੋਂ ਵੱਧ ਜੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਹਨਾਂ ਦੀ, ਕੋਈ ਸਰਕਾਰਾਂ ਨਹੀਂ ਸਾਡੇ ਬਾਰੇ ਕੁਛ ਬੋਲਦੀਆਂ, ਕੋਈ ਸਾਡੇ ਬਾਰੇ ਜੱਜ ਨਹੀਂ ਕੋਈ ਬੋਲਦਾ, ਕੋਈ ਵਕੀਲ ਨਹੀਂ ਸਾਡੇ ਬਾਰੇ ਸੁਣਵਾਈ ਸਾਡੀ ਲੈਂਦਾ, ਸੁਣਵਾਈ ਸਾਰੀ ਜੀ ਇਹਨਾਂ ਦੀ ਆ, ਭਾਵੇਂ ਗੰਦੀਆਂ ਹੋਣ ਅਤੇ ਭਾਵੇਂ ਚੰਗੀਆਂ ਹੋਣ। ਮੈਂ ਸਰ ਜੀ ਪੱਕਾ ਹੋਵੇਗਾ ਜੀ, ਸਾਨੂੰ ਪਤਾ ਵਾ ਜੀ ਅਸੀਂ ਇਹਨਾਂ ਨਾਲ ਹਿੱਕ ਤਾਣ ਕੇ ਮਜ਼ਬੂਤ ਹਾਂ ਜੀ। ਮੇਰਾ ਨਾਮ ਸਤਵੰਤ ਕੌਰ ਹੈ ਜੀ, ਅੰਮ੍ਰਿਤਸਰ ਦਾ। ਮੇਰੀ ਸਮੱਸਿਆ ਜੀ, ਮੇਰਾ ਬੇਟੇ ਦੀ ਮੈਰਿਜ ਹੋਈ 2019 ਚ, ਤੇ ਮੈਂ ਮਤਲਬ ਬੇਟੇ ਨੇ shaadi.com ਤੇ ਦੇਖਿਆ ਸੀ ਬੇਟੀ ਨੂੰ, ਨੂੰਹ ਨੂੰ 7 ਸਾਲ ਬਾਅਦ ਬੇਟਾ ਆਇਆ ਸੀ, ਬੇਟਾ 7 ਸਾਲ ਬਾਅਦ ਆਇਆ ਸੀ ਤੇ ਬੇਟਾ ਨੂੰ ਅਸੀਂ ਕਿਹਾ ਕਿ ਤੇਰੀ ਮੈਰਿਜ ਕਰਨੀ, ਬੇਟਾ ਕਹਿੰਦਾ ਕਿ ਮੈਂ ਲੜਕੀ ਦੇਖੀ ਹੈ, ਤੇ ਅਸੀਂ ਕਿਹਾ ਵੀ ਠੀਕ ਹੈ ਤੂੰ ਦੇਖੀ, ਤੈਨੂੰ ਪਸੰਦ ਹੈ ਤੁਸੀਂ ਮੈਰਿਜ ਕਰ ਦਿੰਦੇ। 10-15 ਦਿਨਾਂ ਦੇ ਵਿੱਚ ਮੈਰਿਜ ਹੋਈ, ਇੱਥੋਂ ਦੀ ਹੈ ਬੇਟੀ ਮੋਗੇ ਦੀ, ਬਾਅਦ ਵਿੱਚ ਮੈਰਿਜ ਹੋ ਗਈ ਹੈ। ਮੈਰਿਜ ਤੋਂ ਬਾਅਦ ਥੋੜ੍ਹੇ ਦਿਨ 7-8 ਦਿਨ ਬਾਅਦ ਹੀ ਲੜਨਾ ਸ਼ੁਰੂ ਕਰ ਦਿੱਤਾ ਉਹਨੇ ਆਪਣੇ ਹਸਬੈਂਡ ਦੇ ਨਾਲ ਅਤੇ ਸਾਡੇ ਨਾਲ ਵੀ, ਅਤੇ ਇਸ ਤੋਂ ਬਾਅਦ ਬੇਟਾ ਬਥੇਰਾ ਸਮਝਾਉਂਦਾ ਰਿਹਾ ਸਾਲ ਦੇ ਵਿੱਚ ਵਿੱਚ, ਫਿਰ ਬੇਟੀ ਵੀ ਹੋ ਗਈ, ਬੇਟਾ ਫਿਰ ਬੇਟੀ ਵੱਲ ਦੇਖਦਾ ਰਿਹਾ ਕਿ ਚਲੋ ਬੇਟੀ ਹੋ ਗਈ ਆਪਣੇ ਆਪ ਸਮਝ ਜਾਏਗੀ, ਉਹ ਬਿਲਕੁਲ ਨਹੀਂ ਸਮਝੀ ਥੋੜ੍ਹਾ ਬਹੁਤਾ ਵੀ, ਬਸ ਬਹੁਤ ਮਾੜਾ ਬਿਹੇਵੀਅਰ ਬੇਟੇ ਨਾਲ ਵੀ ਮਾੜਾ ਬਿਹੇਵੀਅਰ ਕਰਦੀ ਰਹੀ ਸਾਡੇ ਨਾਲ ਵੀ, ਅਤੇ ਬੇਟਾ ਹੁਣ ਬਹੁਤ ਸਮਝਾਉਂਦਾ ਰਿਹਾ ਕਿ ਚਲੋ ਬੇਟੀ ਹੋ ਗਈ ਆ ਕੋਈ ਗੱਲ ਨਹੀਂ, ਸਮਝ ਜਾ ਸਮਝ ਜਾ, ਅਸੀਂ ਵੀ ਇਹੋ ਕਹਿੰਦੇ ਰਹੇ ਕਿ ਚਲੋ ਸਮਝ ਜਾਏ, ਮੈਂ ਵੀ ਸਮਝਾਉਂਦੀ ਰਹੀ ਕਿ ਤੂੰ ਇਸ ਤਰ੍ਹਾਂ ਨਾ ਕਰਿਆ ਕਰ, ਆਪਣੇ ਹਸਬੈਂਡ ਨਾਲ ਨਾ ਲੜਿਆ ਕਰ, ਹਸਬੈਂਡ ਦੇ ਵਾਈਫ ਦਾ ਆਪਸ ਵਿੱਚ ਪਿਆਰ ਨਹੀਂ ਰਹਿੰਦਾ, ਲੇਕਿਨ ਉਹ ਕਹਿੰਦੀ ਕਿ ਕੋਈ ਗੱਲ ਨਹੀਂ, ਨਹੀਂ ਰਹਿੰਦਾ ਤਾਂ ਕੋਈ ਗੱਲ ਨਹੀਂ, ਘਰ ਵਸੇਗਾ ਵਸੇਗਾ, ਨਹੀਂ ਵਸੇਗਾ ਤਾਂ ਕੋਈ ਗੱਲ ਨਹੀਂ। ਉਸ ਤੋਂ ਬਾਅਦ ਵਿੱਚ ਫਿਰ ਹੁਣ ਥੋੜ੍ਹੀ ਦੇਰ ਹੋਏ
ਅਪ੍ਰੈਲ ਦੇ ਵਿੱਚ, 1 ਅਪ੍ਰੈਲ ਨੂੰ ਉਹ ਇੱਥੋਂ ਸਾਡੇ ਕੋਲ ਚਲੇ ਗਈ ਆਪਣੇ, ਉਹਦਾ ਬ੍ਰਦਰ ਆਇਆ ਸੀ ਲੈਣ ਵਾਸਤੇ ਅਤੇ ਬ੍ਰਦਰ ਨਾਲ ਚਲੇ ਗਈ। ਉਸ ਤੋਂ ਬਾਅਦ ਫਿਰ 3-4 ਮਹੀਨੇ ਦਈ ਤੋਂ ਬਾਅਦ ਵਿੱਚ ਕਹਿੰਦੀ ਹੈ ਕਿ ਮੈਂ ਬੇਟੀ ਛੋਟੀ ਜਿਹੜੀ ਪੋਤਰੀ ਸਾਡੀ ਪੋਤਰੀ ਹੋਈ ਜਿਹੜੀ, ਮੈਂ ਉਹਦੇ ਸਕੂਲ ਦਾ ਬਹਾਨਾ ਲਾ ਕੇ ਕਹਿੰਦੀ ਸੀ ਆਉਣ ਨੂੰ, ਅਤੇ ਅਸੀਂ ਕਿਹਾ ਵੀ ਅਸੀਂ ਇਸ ਤਰ੍ਹਾਂ ਨਹੀਂ ਰੱਖਣਾ, ਹਰ ਟਾਈਮ ਲੜ ਕੇ ਜਾਂਦੀ ਸਾਡੇ ਨਾਲ। ਅਤੇ ਇਸ ਫਿਰ ਅਸੀਂ ਕਿਹਾ ਵੀ ਆਪਣੀ ਪੰਚਾਇਤ ਲਿਆਓ ਇਕੱਠੀ ਕਰਕੇ ਫਿਰ ਅਸੀਂ ਰੱਖਾਂਗੇ। ਸਾਨੂੰ ਧਮਕੀਆਂ ਦਿੰਦੀ ਸੀ, ਮੈਂ ਆਹ ਕਰ ਲਵਾਂਗੀ, ਮੈਂ ਉਹ ਕਰ ਲਵਾਂਗੀ, ਮੇਰੇ ਵੀ ਗੱਲ ਪੈਂਦੀ ਸੀ। ਉਸ ਤੋਂ ਬਾਅਦ ਫਿਰ ਉਹਦੇ ਚਾਚਾ ਹੈਗਾ ISASI, ਉਹਦੀਆਂ ਧਮਕੀਆਂ ਸਾਨੂੰ ਦਵਾਉਂਦੀ ਰਹੀ ਬੇਟੇ ਨੂੰ ਵੀ ਕਿ ਮੈਂ ਆਹ ਕਰਦਾਂਗਾ, ਮੈਂ ਉਹ ਕਰਦਾਂਗਾ, ਮੈਂ ਝੂਠੇ ਇਲਜ਼ਾਮ ਲਗਾ ਦਾਂਗਾ। ਉਸ ਤੋਂ ਬਾਅਦ ਫਿਰ ਉਹਨਾਂ ਨੇ ਸਾਡੇ 'ਤੇ ਕ੍ਰਾਈਮ ਬ੍ਰਾਂਚ, ਚਿਲਡਰਨ ਕ੍ਰਾਈਮ ਬ੍ਰਾਂਚ ਦੇ ਦਿੱਤਾ, ਉਹਨਾਂ ਨੇ ਪਰਚਾ ਦੇ ਦਿੱਤਾ ਸਾਡੇ 'ਤੇ, ਅਤੇ ਉੱਥੇ ਵੀ ਮਤਲਬ ਕੁਛ ਨਹੀਂ ਹੋਇਆ। ਹੁਣ ਅਤੇ ਬਾਅਦ ਵਿੱਚ ਫਿਰ ਉਹਨਾਂ ਨੇ ਵੂਮੈਨ ਸੈੱਲ 'ਚ ਦੇ ਦਿੱਤਾ, ਉੱਥੇ ਵੀ ਕੁਛ ਨਹੀਂ ਹੋਇਆ। ਅਤੇ ਉਸ ਤੋਂ ਬਾਅਦ ਉਹਨਾਂ ਨੇ 1.5-2 ਮਹੀਨੇ ਦਾ ਸਾਡੇ ਕੋਲ ਟਾਈਮ ਲਿਆ, ਸਾਨੂੰ ਕਹਿੰਦੇ ਵੀ ਤੁਸੀਂ ਆਪਣੀ ਦਰਖਾਸਤ ਵਾਪਸ ਲੈ ਲਓ, ਅਸੀਂ ਆਪਣੀ ਲੈ ਲੈਂਦੇ। ਅਸੀਂ ਵੀ ਦਰਖਾਸਤ ਪਾਈ ਫਿਰ ਇੱਥੇ, ਬਸ ਹਰਾਸ ਕੀਤਾ ਗਿਆ। ਹਾਂਜੀ, ਸਾਨੂੰ ਹਰਾਸਮੈਂਟ ਕਰਦੀ ਗਈ ਆ, ਬੇਟੇ ਨੂੰ ਵੀ ਹਰਾਸਮੈਂਟ ਕਰਦੀ ਸੀ, ਜਿਉਂ ਦੀ ਮੈਰਿਜ ਹੋਈ ਹੈ ਨਾ, ਉਦੋਂ ਦੀ ਬਸ ਪੈਸੇ ਹੀ ਪੈਸੇ ਪੈਸੇ ਮੰਗਵਾਉਂਦੀ ਰਹੀ ਆ। ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ? ਸਰਕਾਰ ਕੋਲ ਹੀ ਮੰਗ ਇਹੀ ਕਰਦੇ ਹਾਂ ਵੀ ਬੇਟੇ ਨੂੰ ਇਨਸਾਫ ਚਾਹੀਦਾ ਸਾਡੇ ਨੂੰ, ਬੇਟਾ ਸਾਡਾ ਬਾਹਰ ਹੈ। ਹਾਂਜੀ, ਹਰ ਟਾਈਮ ਪੈਸੇ 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 ਚਾਹੀਦਾ, ਆਪਣੇ ਮਾਂ ਬਾਪ ਨੂੰ ਮਾਂ ਬਾਪ ਸਮਝਦੀ, ਸਾਨੂੰ ਕੁਛ ਨਹੀਂ ਸਮਝਦੇ। ਹਾਂਜੀ, ਧਮਕੀਆਂ ਦਿੰਦੇ ਸਾਨੂੰ ਉਹਦੇ ਚਾਚੇ ਨੇ, ਧਮਕੀਆਂ ਉਹਦੇ ਚਾਚੇ ਨੇ ਧਮਕੀਆਂ ਦਿੰਦਾ ਸੀ। ਕਿਸੇ ਚਾਚਾ ਉਹਦਾ ਹੈਗਾ ASI ਹੈ ਇੱਥੇ ਮੋਗੇ ਪੁਲਿਸ 'ਚ। ਹਾਂਜੀ, ਵਿਜੀਲੈਂਸ 'ਚ।